ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਵੀ ਸਾਰੇ ਜਣੇ ਤੁਸੀਂ ਘੈਂਟ ਹੋਗੇ ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ ਦਾ। ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ ਅਤੇ ਲੈ ਕੇ ਆ ਕੇ ਬਾਈ ਇੱਕ ਹੋਰ ਘੈਂਟ ਜੀ ਵੀਡੀਓ ਤੁਹਾਡੇ ਲਈ। ਅਤੇ ਅੱਜ ਤੁਹਾਨੂੰ ਇੱਕ ਟਰੈਕਟਰ ਦਾ ਲਿੰਕ ਦਿੱਤਾ ਜਾਊਗਾ ਅਤੇ ਕਿਹੜਾ ਟਰੈਕਟਰ ਹੋਊਗਾ ਅਤੇ ਉਹ ਤੁਸੀਂ ਦੇਖ ਲਿਓ। ਅਤੇ ਬਾਈ ਇਹ ਟਰੈਕਟਰ ਬਣਾਇਆ ਆਪਾਂ ਇੱਕ ਨਾ ਤੁਹਾਡੇ ਜੇ ਯਾਦ ਹੋਵੇ ਡਾਇਨਾਸੌਰ ਦਾ ਲਿੰਕ, ਸੋਰੀ ਡਾਇਨਾਸੌਰ ਦਾ ਡੈੱਕ ਜਦੋਂ ਇਹਨਾਂ ਨੇ ਕੀਤਾ ਸੀ ਨਾ, ਮਤਲਬ ਕੁੱਪੜ ਪਾਇਆ ਸੀ, ਤਾਂ ਉਦੋਂ ਇਹ ਟਰੈਕਟਰ ਦਾ ਡੈੱਕ ਜਿਹਨੂੰ ਨਿਕਲਿਆ ਸੀਗਾ ਡਾਇਨਾਸੌਰ ਵਾਲਾ, ਤਾਂ ਉਹ 36-30 ਵਾਲੇ ਬਾਈ ਨੂੰ ਨਿਕਲਿਆ ਸੀ ਕਿਸੇ ਨੂੰ, ਠੀਕ ਹੈ। ਤਾਂ ਉਹਨਾਂ ਨੇ ਲਾਇਆ ਸੀ, ਤਾਂ ਉਹ ਮੈਂ ਅਸੀਂ ਰੀਲਾਂ ਵੇਖੀਆਂ ਸੀ, ਤਾਂ ਉੱਥੋਂ ਆਪਾਂ ਇਹ ਟਰੈਕਟਰ ਬਣਾਇਆ ਅਤੇ ਇਹਦਾ ਲਿੰਕ ਹੁਣ ਤੁਹਾਨੂੰ ਫ੍ਰੀ ਮਿਲ ਜਾਣਾ। ਅਤੇ ਚਲੋ ਚੱਲਦੇ ਆਪਾਂ ਗੇਮ ਦੇ ਵਿੱਚ, ਗੇਮ ਦੇ ਵਿੱਚ ਆ ਗਏ ਅਤੇ ਆਹ ਖੜਾ ਆਪਣਾ ਟਰੈਕਟਰ 69। ਅਤੇ ਅੱਜ ਕੰਮ ਕੁੰਮ ਕਈ ਕਰਨੇ, ਤੁਹਾਨੂੰ ਪਤਾ ਨਾ, ਜਿਨ੍ਹਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਉਹ ਜਾ ਕੇ ਜ਼ਰੂਰ ਦੇਖਣ ਬਾਈ, ਬਹੁਤ ਜ਼ਿਆਦਾ ਕੰਮ ਸੀ ਆਪਾਂ ਨੂੰ ਪਿਛਲੇ ਵਾਰੀ ਅਤੇ ਸਾਰੇ ਕੰਮ ਆਪਾਂ ਕੀਤੇ, ਹੈ ਨਾ। ਜਿੱਦਾਂ ਟਰੈਕਟਰ ਲੈ ਕੇ ਆਏ ਸੀਗੇ, ਦੋ ਟਰੈਕਟਰ ਆਪਾਂ ਲੈ ਕੇ ਆਏ ਸੀ, ਤੁਹਾਡੇ ਯਾਦ ਹੋਵੇ ਜੇ ਤੁਹਾਡੇ ਯਾਦ ਹੋਵੇ ਤਾਂ ਆਪਾਂ ਸਿਮਰ ਸੈਣੀ ਦਾ ਇੱਕ ਫੋਰਡ ਲੈ ਕੇ ਆਏ ਸੀ ਅਤੇ ਇੱਕ ਗੁਨਸ਼ਾਨ ਦਾ ਬਾਈਲਾਰਸਨ, ਅਤੇ ਇੱਕ ਟਰੈਕਟਰ ਉਹਨਾਂ ਨੇ ਆਪਾਂ ਨੂੰ ਦੱਸਿਆ, ਮੈਨੂੰ ਫੋਨ ਕੀਤਾ, ਕਹਿੰਦੇ ਵੀ ਬਾਈ ਇੱਕ ਟਰੈਕਟਰ ਆਇਆ ਖੜਾ, ਤਾਂ ਉਹ ਤੁਸੀਂ ਦੇਖ ਕੇ ਜਾਓ ਅਤੇ ਆਪਾਂ ਉਹ ਚੱਲਦੇ ਹਾਂ ਅਤੇ ਉਹਨੂੰ ਲੈ ਕੇ ਆਉਂਦੇ ਹਾਂ ਅਤੇ ਉਹਦਾ ਆਪਾਂ ਥੋੜ੍ਹਾ ਮੋਟਾ ਉਹਨੂੰ ਚਲਾ ਚਲੂ ਕੇ ਦੇਖਾਂਗੇ, ਜ਼ੋਰ ਅਜਮਾਇਸ਼ ਕਰਾ ਕੇ ਦੇਖਾਂਗੇ, ਠੀਕ ਆ। ਕੰਮ ਹੋਰ ਬਹੁਤ ਕਰਨ ਵਾਲੇ ਪਏ ਨੇ, ਚਲੋ ਵੀ ਮੇਰੇ ਵੀਰ, ਕਹਿੰਦੇ 69 ਤੁਸੀਂ ਮਾਰ ਦਿਆ, 69 ਨਹੀਂ ਯਾਰ, ਇਹਨਾਂ 'ਚ ਕਿਹੜਾ ਲੈ ਕੇ ਚੱਲੀਏ, ਆਹ ਲੈ ਕੇ ਚੱਲਦੇ, ਇਹਦਾ ਮਾਰਦੇ ਸੈਲਫ, ਬੜੇ ਦਿਨ ਹੋ ਗਏ ਵੀ ਕੱਢੇ ਨਹੀਂ ਟਰੈਕਟਰ ਆਪਾਂ। ਬੱਲੇ 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 ਲਓ ਜੀ, ਕਹਿੰਦੇ ਆਉਣ ਸਾਰੀਆਂ ਅੱਜ ਬਾਈ ਜਿਹੜੇ ਸਟੰਟ ਵਾਲੇ, ਬਾਈ ਜਿਹੜੇ ਸਟੰਟ ਕਹਿੰਦੇ ਸਟੰਟ ਵਾਲੇ, ਹੁਣ ਮੈਂ ਤੁਹਾਨੂੰ ਸਾਰੀਆਂ ਗੱਲਾਂ ਅੱਜ ਦੱਸ ਕੇ ਜਾਣੀਆਂ ਨੇ। ਸਟੰਟ ਕਿੱਦਾਂ ਬਾਈ, ਟਰੈਕਟਰ ਦੀ ਸੈਟਿੰਗ ਕਰਨੀ ਪੈਂਦੀ ਹੈ, ਇੱਕ ਨਾ ਵਿਲੀ ਮੋਡ ਹੁੰਦਾ, ਮੈਂ ਉਹ ਵੈਸੇ ਯੂਜ਼ ਨਹੀਂ ਕਰਦਾ ਕਿਉਂਕਿ ਮੈਨੂੰ ਉਹ ਪਸੰਦ ਨਹੀਂ ਹੈਗਾ, ਕਿਉਂਕਿ ਯਾਰ ਉਹ ਇੱਦਾਂ ਗਾ ਇੱਥੇ ਸ਼ਿਫਟ ਦਬਲਾ ਅਤੇ ਟਰੈਕਟਰ ਨੂੰ ਤੂੰ ਸਿੱਧਾ ਹੀ ਤੁਰਿਆ ਦਾ ਖੜਾ ਕਰ ਲਾ, ਬਟ ਨਹੀਂ, ਜਿਹੜਾ ਰਿਐਲਿਟੀ ਆ ਉਹ ਹੋਰ ਚੀਜ਼ ਹੁੰਦੀ ਆ। ਹੁਣ ਤੁਹਾਨੂੰ ਦਿਖਾਉਣਾ ਮੈਂ, ਇਹਦੇ ਆਪਾਂ ਵੇਟ ਵੂਟ ਦੀ ਸੈਟਿੰਗ ਸੂਟਿੰਗ ਕੀਤੀ ਹੋਈ ਆ, ਇੱਕ ਮੋਡ ਪਾਉਣਾ ਪੈਂਦਾ ਆਪਾਂ ਨੂੰ ਗ੍ਰੈਵਿਟੀ ਵਾਲਾ, ਜੇ ਤੁਸੀਂ ਪਾਉਣਾ ਚਾਹੁੰਦੇ ਹੋ, ਠੀਕ ਹੈ, ਗ੍ਰੈਵਿਟੀ ਵਾਲਾ ਮੋਡ ਪਾਇਆ ਕਰੋ। ਉਸ ਤੋਂ ਬਾਅਦ ਟਰੈਕਟਰ ਨੂੰ ਥੋੜ੍ਹੀ ਮੋਟੀ ਸੈਟਿੰਗ ਕਰਨੀ ਪੈਣੀ ਹੈ, ਇੱਦਾਂ ਤੁਸੀਂ ਬੈਕ ਲੈ ਕੇ ਚੱਲੇ ਆ, ਦੇਖੋ ਲਓ ਚੱਕ ਦੇ ਨਾ ਸਹੀ ਤਰੀਕੇ ਨਾਲ, ਤਾਂ ਇੱਦਾਂ ਬਈ ਸਟੰਟ ਕਰੀਦੇ, ਠੀਕ ਹੈ, ਮਾੜੇ ਨਾਲ ਆ ਲੈ, ਇਹ ਥੋੜ੍ਹਾ ਜਿਹਾ ਘੈਂਟ ਜਿਹਾ ਰੀਅਲ ਜਿਹਾ ਲੱਗਦੀ ਚੀਜ਼, ਚਲੋ ਕੋਈ ਚੱਕਰ ਨਹੀਂ। ਅੱਜ ਨਾ ਗੇਮ ਪਲੇ ਨਾ ਮੈਂ ਥੋੜ੍ਹਾ ਜਿਹਾ ਤਾਂ ਹੋਰ ਜਿਹਾ ਲੱਗ ਜਾਂਦਾ, ਬਲੈਕ ਜਿਹਾ ਯਾਰ, ਪਤਾ ਨਹੀਂ ਕੀ ਚੱਕਰ ਹੈ, ਅਤੇ ਪਤਾ ਨਹੀਂ ਕਲਰ ਜੇ ਆ ਨਹੀਂ ਰਹੇ, ਪਤਾ ਨਹੀਂ ਕੋਈ ਮੈਪ ਮੂਵ ਦਾ ਚੱਕਰ ਹੈ ਜਾਂ ਕੋਈ ਹੋਰ ਚੀਜ਼, ਚਲੋ ਕੋਈ ਚੱਕਰ ਨਹੀਂ, ਆਪਾਂ ਚੱਲਦੇ ਹਾਂ ਕਿ ਨਾ ਬਾਈ ਲੈ ਕੇ ਟਰੈਕਟਰ ਨੂੰ ਮੰਡੀ ਦੇ ਵਿੱਚ ਜਾਂਦੇ ਹਾਂ ਜਿੱਥੇ ਆਪਣੇ ਉਹ ਟਰੈਕਟਰ ਖੜ੍ਹੇ ਆ, ਅਤੇ ਆਹ ਵਾਹਣ ਆਪਣਾ ਪਿਆ ਸਾਹਮਣੇ, ਇਹਨੂੰ ਵਾਹਾਂਗੇ। ਅਤੇ ਕਈ ਬਾਈਆਂ ਨੇ ਕਿਹਾ ਵੀ ਤੁਸੀਂ ਇਹ ਕਈ ਕਈ ਚੀਜ਼ਾਂ ਬੀਜੋ, ਅਤੇ ਯਾਰ ਆਹ ਨਾ ਮੈਂ ਲੋਡ ਕਰਤੀ ਸੀਗੀ, ਇਹਦੀ ਨੰਬਰ ਪਲੇਟ ਮੈਨੂੰ ਹੀ ਸਮਝ ਨਹੀਂ ਆਉਂਦੀ, ਦੁਬਾਰਾ ਪਤਾ ਨਹੀਂ ਟਰੈਕਟਰ ਆਪਾਂ ਗਲਤ ਪਾ ਲਏ ਇੱਥੇ ਨਾ, ਅਤੇ ਚਲੀਏ। ਨਹੀਂ ਇਹ ਟਰੈਕਟਰ ਹੀ ਮੈਂ ਗਲਤ ਪਾਇਆ ਹੋਇਆ, ਕਿਉਂਕਿ ਉਹ ਮਤਲਬ ਦੂਜੇ ਫੋਲਡਰ ਦੇ ਵਿੱਚ ਹੋਣਾ, ਕਿਉਂਕਿ ਉਹਦਾ ਮੀਟਰ ਮੂਟਰ ਵੀ ਸਾਰਾ ਕੁਝ ਚੱਲਦਾ ਗਾ, ਸਭ ਕੁਛ ਸਹੀ ਕਰਕੇ ਦਿੱਤਾ ਹੋਇਆ ਤੁਹਾਨੂੰ,
ਅਤੇ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਦਾਂ ਹੋ ਕਿਉਂ ਗਿਆ ਹੈ ਨਾ। ਅਤੇ ਚਲੋ ਕੋਈ ਗੱਲ ਨਹੀਂ ਮੇਰੇ ਬਾਈ, ਅਤੇ ਟਰੈਕਟਰ ਤੁਹਾਡੇ ਕੋਲ ਮੈਨੂੰ ਲੱਗਦਾ ਇਹ ਪਹੁੰਚ ਚੁੱਕਿਆ। ਅਤੇ ਸਵਰਾਜ ਦਾ ਲਿੰਕ ਬਾਈ 20K 'ਤੇ ਯਾਰ, ਥੋੜ੍ਹੇ ਜਿਹੇ ਸਬਸਕ੍ਰਾਈਬਰ ਰਹਿ ਗਏ, ਤੁਸੀਂ ਜਲਦੀ ਜਲਦੀ ਕਰਵਾਓ, ਕੋਈ ਚੱਕਰ ਵਾਲੀ ਗੱਲ ਹੀ ਨਹੀਂ, ਠੀਕ ਹੈ। ਅਤੇ ਆਪਾਂ ਵਰਕਸ਼ਾਪ 'ਤੇ ਪਹੁੰਚ ਗਏ, ਅਤੇ ਆ ਇਹਦੇ ਵਿੱਚ ਕੋਈ ਸਬਸਕ੍ਰਾਈਬਰ ਵਾਲੀ ਗੱਲ ਹੀ ਕੋਈ ਨਹੀਂ ਸੀ। ਇਹ ਤਾਂ ਮੈਂ ਕਿਹਾ ਲਿੰਕ ਦੇਣਾ ਸੀ ਤਾਂ ਦੇਣਾ ਸੀ। ਇੱਕ ਬਾਈ ਹੋਰ ਆਊਗਾ ਲਿੰਕ, ਥੋੜ੍ਹੇ ਸ਼ਾਇਦ ਨੈਕਸਟ ਵੀਕ ਆ ਜਾਏ ਇੱਕ ਟਰੈਕਟਰ ਦਾ ਹੋਰ ਲਿੰਕ। ਆਏ ਹਾਏ ਚੱਲ ਚੱਲ ਵੀ ਮੇਰੇ ਬਾਈ, ਓਏ ਕਿੱਧਰ ਲੱਗ ਗਿਆ, ਅਤੇ ਦਿਖਾਉਂਦੇ ਤੁਹਾਨੂੰ ਬਾਈ ਹੋਰ ਟਰੈਕਟਰ ਆਪਣੇ ਕੋਲ ਇੱਕ ਇੱਥੇ ਰੋਕਦੀ ਟਰੈਕਟਰ। ਓਕੇ ਵਰਕਸ਼ਾਪ ਆਪਣੀ ਆ, ਕੋਈ ਚੱਕਰ ਵਾਲੀ ਗੱਲ ਨਹੀਂ, ਜਿੱਥੇ ਮਰਜ਼ੀ ਆਪਾਂ ਇਹਨੂੰ ਲਾ ਕੇ ਜਾ ਸਕਦੇ ਹਾਂ ਟਰੈਕਟਰਾਂ ਨੂੰ, ਠੀਕ ਹੈ। ਅਤੇ ਤੁਹਾਨੂੰ ਦਿਖਾਉਂਦੇ ਹਾਂ ਬਾਈ ਫੋਰਡ, ਅਤੇ ਉੱਧਰ ਇੱਕ ਆ ਬਾਈਲਾਰਸ, ਇਹਦਾ ਇੰਜਣ ਬਾਈ ਖੋਲ੍ਹ ਕੇ ਆ ਖੜਾਇਆ ਖੜਾ ਇਹਨਾਂ ਨੇ, ਠੀਕ ਹੈ। ਧੱਕੇ ਧੁੱਕੇ ਨੇ ਇੱਥੇ ਲਿਆ ਇੰਜਣ ਇਹਦਾ ਕੱਢਤਾ, ਜਿਹੜਾ ਪੁਰਾਣਾ ਸੀ ਨਵਾਂ ਇੰਜਣ, ਹੁਣ ਜਿਹੜਾ ਆਪਾਂ ਨੂੰ ਪ੍ਰੋਪਰ ਚਾਹੀਦਾ, ਅਤੇ ਉਹ ਇੰਜਣ ਇਹਦਾ ਰੱਖਾਂਗੇ। ਅਤੇ ਆ ਫੋਰਡ ਖੜਾ, ਠੀਕ ਹੈ, 3600। ਅਤੇ ਇਹ ਥੋੜ੍ਹਾ ਮੋਟਾ ਕੰਮ ਭਾਲਦਾ ਸੀ ਉਹ ਕਰਤਾ, ਸਟਾਰਟ ਸਟੂਟ ਹੋਣ ਲਾਤਾ ਮਾੜਾ ਮੋਟਾ, ਜਿਵੇਂ ਚੱਲਦਾ ਚੁਲਦਾ ਕਰ ਲਿਆ ਆਪਾਂ। ਅਤੇ ਇਸ ਤੋਂ ਬਾਅਦ ਇਹਦਾ ਇੰਜਣ ਚੇਂਜ ਕਰਨਾ ਬਾਈ ਕਹਿੰਦਾ, ਬਾਈ ਕਹਿੰਦਾ ਇਹਦਾ ਇੰਜਣ ਰੱਖੋ ਹੋਰ ਟਰੈਕਟਰ ਦਾ। ਆਪਾਂ ਕਿਹਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬਾਈ, ਰੱਖ ਦਿਆਂਗੇ, ਠੀਕ ਹੈ। ਅਤੇ ਪਰਲੇ ਪਾਸੇ ਚੱਲਦੇ ਹਾਂ, ਜਿਹੜੇ ਟਰੈਕਟਰ ਦੀ ਤੁਹਾਨੂੰ ਵੇਟ ਆ ਉਹ, ਅਤੇ ਜਿਹੜੇ ਇੱਕ ਆਈ ਬਟਨ ਵਾਲੀ ਵੀ ਮੈਂ ਥੋੜ੍ਹੀ ਜਿਹੀ ਵੀਡੀਓ ਤੁਹਾਨੂੰ ਦੱਸੂਗਾ ਵੀ ਆਈ ਬਟਨ ਵਾਲਾ ਸਿਸਟਮ ਕੀ ਹੁੰਦਾ, ਠੀਕ ਹੈ, ਉਹ ਵੀ ਆਪਾਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗੇ। ਅਤੇ ਇਹਦਾ ਲਿੰਕ ਵੀ ਆਈ ਬਟਨ ਦੇ ਵਿੱਚ ਹੋਊਗਾ, ਪਾਸਵਰਡ ਵੀ ਆਈ ਬਟਨ ਦੇ। ਆਈ ਬਟਨ ਆਉਂਦਾ ਕਿੱਥੇ ਹੁੰਦਾ, ਜਿੱਥੇ ਆਪਣਾ ਵੈਬਕੈਮ ਲੱਗਿਆ ਹੋਇਆ, ਇਹਦੇ ਉੱਪਰ ਇੱਕ ਉਹ ਆਊ, ਠੀਕ ਹੈ। ਅਤੇ ਲਓ ਵੀ ਮੁੰਡਿਓ, ਕਹਿੰਦੇ ਟਰੈਕਟਰ ਹਾਜ਼ਰ ਆ ਬਾਈ। ਅਤੇ ਇਕੱਲੀ ਇਕੱਲੀ ਚੀਜ਼ ਬਾਈ ਸੈੱਟ ਕੀਤੀ ਹੋਈ ਆ, ਦੇਖੋ ਤੁਹਾਡੇ ਸਾਹਮਣੇ ਹੱਬਾ ਹੁੱਬਾ ਜਮਾਂ ਐਂ ਸਹੀ ਕਰਕੇ ਲਾਈਆਂ ਹੋਈਆਂ। ਅਤੇ ਆਹ ਟਾਇਰ ਬਾਈ ਗੇਮ ਦੇ ਵਿੱਚ ਵੀ ਪਾਏ ਆਪਾਂ, ਕੋਈ ਮੈਂ ਬਾਹਲੇ ਬਾਹਰੋਂ ਚੀਜ਼ਾਂ ਉਹ ਕਰਦਾ ਹੁੰਦਾ, ਤਾਂ ਗੇਮ ਦੇ ਸਾਰਾ ਕੁਛ ਹੈਗਾ। ਅਤੇ ਟਰੈਕਟਰ ਤੁਸੀਂ ਚੈੱਕ ਕਰ ਲਓ ਯਾਰ, ਟਰੈਕਟਰ ਦੀ ਆਵਾਜ਼ ਚੈੱਕ ਕਰੋ ਤੁਸੀਂ। ਤਾਂ ਇੱਥੇ ਸਮਾਨ ਸਮੂਨ ਵਾਧੂ ਪਿਆ, ਅਤੇ ਇੱਥੋਂ ਵੀ ਕੋਈ ਨਾ ਕੋਈ ਕਿਤੇ ਇਹਨਾਂ ਤੋਂ ਪਤਾ ਕਰਕੇ ਲਵਾਵਾਂਗੇ ਚੀਜ਼ਾਂ, ਠੀਕ ਹੈ। ਅਤੇ ਆਹ ਟਰੈਕਟਰ ਜਿਹੜਾ, ਇਹਦੀ ਆਪਾਂ ਸੈਟਿੰਗ ਵੀ ਨਹੀਂ ਕੀਤੀ ਹੋਈ, ਕੋਈ ਵੀ ਸੈਟਿੰਗ ਮੈਂ ਇਹਦੀ ਕੀਤੀ ਨਹੀਂ ਹੋਈ, ਇਹ ਨੋਰਮਲ ਆ। ਇਹ ਫਿਰ ਵੀ ਆ ਦੇ, ਠੀਕ ਆ ਨਾ, ਸੜਕ 'ਤੇ ਜਾ ਕੇ ਦੇਖਦੇ। ਅਤੇ ਬਾਈ ਆ ਦੇਖੋ ਡੈੱਕ ਡੁੱਕ ਪੂਰਾ ਮੈਂ ਚੱਲਦਾ ਕਰਤਾ, ਲਓ ਅਤੇ ਗੇਮ ਦਾ ਪਤਾ ਨਹੀਂ ਕੀ ਚੱਕਰ ਜਾ, ਅੱਜ ਮੈਨੂੰ ਲੱਗਦਾ ਯਾਰ ਇਹ ਨਾ ਜਿੱਦਾਂ ਕੋਈ ਮੋੜ ਮਾੜ ਦਾ ਚੱਕਰ ਪੈ ਗਿਆ, ਅਤੇ ਅੱਜ ਨਾ ਥੋੜ੍ਹੀ ਜਿਹੀ ਫਿੱਕੀ ਫਿੱਕੀ ਜਿਹੀ ਲੱਗਦੀ ਗੇਮ। ਓ ਇੱਥੇ ਧਿਆਨ ਨਾਲ, ਬੱਲੇ 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 ਬੱਲੇ, ਕਿਆ ਬਾਤ ਹੈ, ਕਿਆ ਬਾਤ ਆ ਬਾਈ। ਤੁਹਾਨੂੰ ਘਰੇ ਲਿਜਾ ਕੇ ਦਿਖਾਉਂਦੇ ਹਾਂ ਟਰੈਕਟਰ, ਅਤੇ ਮੈਨੂੰ ਤਾਂ ਯਾਰ ਬਹੁਤ ਵਧੀਆ ਲੱਗਿਆ। ਅਤੇ ਬਾਕੀ ਤੁਹਾਨੂੰ ਕਿੱਦਾਂ ਲੱਗੂਗਾ ਇਹ ਹੁਣ ਤੁਹਾਡੇ ਚਲਾਏ ਤੋਂ ਆ, ਠੀਕ ਹੈ ਨਾ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਆ ਜ ਬਾਹਣ ਬਾਹ ਗਿਆ ਆਪਾਂ ਇਹਦੇ ਨਾਲ, ਅਤੇ ਟਾਇਰ ਬਾਈ ਇਹਦੇ ਚੌੜੇ ਆ ਪਿਛਲੇ, ਅਤੇ ਬਾਹਰ ਨੂੰ ਕੱਢਤੇ। ਓਏ ਓਏ ਤੇਰੀ ਭੈਣ ਨੂੰ ਗੱਡੀ ਆ ਗਈ ਸੀ ਪਿੱਛੇ। ਅਤੇ ਲਓ ਵੀ ਮਿੱਤਰੋ, ਕਹਿੰਦੇ ਆ ਗਏ ਆਪਾਂ ਘਰੇ। ਕਟਾਈ ਕਟੂਈ ਤੁਸੀਂ ਚੈੱਕ ਕਰ ਸਕਦੇ, ਬਹੁਤ ਜ਼ਿਆਦਾ ਮਤਲਬ ਘੈਂਟ ਚੀਜ਼ ਬਣਾਈ ਹੁਣ ਆਪਾਂ ਇਹ, ਠੀਕ ਹੈ। ਤਵੀਆਂ ਪਾ ਲਈਏ ਪਹਿਲਾਂ ਦੇ ਨਾਲ, ਅਤੇ ਟਾਇਰ ਮੁੰਡੇ ਗੇਮ ਦੇ ਵਿੱਚੋਂ ਹੀ ਆ,
ਕੋਈ ਆਪਾਂ ਬਾਹਰੋਂ ਐਕਸਟਰਾ ਟਾਇਰ ਨਹੀਂ ਪਾਏ, ਬਸ ਥੋੜ੍ਹੀ ਮੋਟੀ ਸੈਟਿੰਗ ਕੀਤੀ ਟਾਇਰਾਂ ਦੀ। ਅਤੇ ਹੁਣ ਹੋਰ ਬਾਈ ਇੱਕ ਟਰੈਕਟਰ ਦਾ, ਇੱਕ ਬਾਈ ਦਾ ਮੈਸੇਜ ਆਇਆ ਸੀ ਇੰਸਟਾ 'ਤੇ, ਕਹਿੰਦਾ ਬਈ ਆਹ ਟਰੈਕਟਰ ਦਾ ਲਿੰਕ ਚਾਹੀਦਾ। ਮੈਂ ਕੋਈ ਚੱਕਰ ਨਹੀਂ ਬਾਈ, ਨੈਕਸਟ ਵੀਕ ਲਿੰਕ ਤੁਹਾਨੂੰ ਉਹਦਾ ਵੀ ਦੇ ਦਾਂਗੇ ਆਪਾਂ, ਠੀਕ ਹੈ। ਇੱਥੇ ਆਪਾਂ ਹਰ ਇੱਕ ਦੀ ਗੱਲ ਸੁਣੀ ਦੀ, ਕੋਈ ਚੱਕਰ ਵਾਲੀ ਗੱਲ ਨਹੀਂ, ਸਾਰੇ ਆਪਣੇ ਭਰਾ ਨੇ। ਗੇਅਰ ਥੋੜ੍ਹਾ ਲਾ ਲਈਏ, ਅਤੇ ਲਓ ਵੀ ਮਿੱਤਰੋ ਤਾਂ ਵੀ ਇਹ ਬਹੁਤ ਜ਼ਿਆਦਾ ਵੱਡੀਆਂ ਨੇ ਟਰੈਕਟਰ, ਤਾਂ ਜਾਣ ਤਾਂ ਕੱਢਣ ਬਣਦੀ ਹੈ ਨਾ। ਬੱਲੇ 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 ਬੱਲੇ, ਕਿਆ ਬਾਤ ਆ ਬਈ। ਲੈ ਇੱਥੇ ਥੋੜ੍ਹਾ ਚਲੋ ਠੀਕ ਹੈ, ਆਹ ਪਤਾ ਨਹੀਂ ਘਰ ਜੇ ਵੱਲ ਨਾ, ਉੱਥੇ ਉੱਥੇ ਹਨੇਰਾ ਜਿਹਾ, ਪਤਾ ਨਹੀਂ ਉਹ ਘਰ ਦਾ ਕੋਈ ਚੱਕਰ ਜਿਹਾ, ਠੀਕ। ਆਹ ਥਾਂ ਦੇਖੋ, ਇੱਥੇ ਵਧੀਆ ਗੇਮ ਘੈਂਟ ਸ਼ੋਅ ਹੁੰਦੀ ਆ। ਲਓ ਬਈ ਚੈੱਕ ਕਰ ਸਕਦੇ ਹੋ, ਪੂਰਾ ਜ਼ੋਰ ਮਾਰਦਾ ਇਹ, ਬਾਹਲਾ ਜ਼ੋਰ। ਹੁਣ ਇਹਦੀ ਮੈਂ ਟੋਰਕ ਵਧਾ ਸਕਦਾ, ਕੋਈ ਚੱਕਰ ਵਾਲੀ ਗੱਲ ਨਹੀਂ, ਜਿੰਨੀ ਮਰਜ਼ੀ ਵਧਾ ਦਿਆਂ ਟੋਰਕ ਨਾ ਆਪਣੇ ਆਪ ਦੇ ਹੱਥ ਦੇ ਵਿੱਚ। ਫਿਰ ਉਹ ਵਾਈਬ ਜੀ ਨਹੀਂ ਆਉਂਦੀ ਉਹ ਚੀਜ਼ ਦੀ, ਠੀਕ ਹੈ। ਟੋਰਕ ਵਧਾਏ ਤੋਂ ਇਹਦੇ ਭੱਜਿਆ ਫਿਰਨਾ, ਹੁਣ ਐਂ ਤਾਂ ਲੱਗਦਾ ਵੀ ਹਾਂਜੀ ਟਰੈਕਟਰ ਕੋਈ ਕੰਮ ਕਰਦਾ, ਠੀਕ ਹੈ ਨਾ। ਬੱਲੇ ਬੱਲੇ ਬੱਲੇ, ਅਤੇ ਹੁਣ ਜੇ ਆਪਾਂ ਟੋਰਕ ਵਧਾ ਦਈਏ ਫਿਰ ਤੁਹਾਨੂੰ ਪਤਾ ਹੀ ਹੈ ਇਹਨੇ ਜਾਣਾ ਗੋਲੀ ਵਾਂਗੂ, ਅਤੇ ਫਿਰ ਉਸ ਚੀਜ਼ ਦਾ ਸਵਾਦ ਤਾਂ ਹੈ ਨਹੀਂ ਨਾ। ਬੱਲੇ ਬੱਲੇ ਬੱਲੇ, ਕਟਾਈ ਚੈੱਕ ਕਰੋ ਬਾਈ ਦੇ ਟਰੈਕਟਰ ਦੀ ਯਾਰ, ਲੱਗਦਾ ਨਾ ਪੂਰਾ ਰੀਅਲਿਸਟਿਕ। ਅੱਧੇ ਕਲਾਚ ਦੇ ਥੋੜ੍ਹਾ ਦੇਖ ਕਰਕੇ ਦੇਖਦੇ, ਤੀਜੇ ਉਹਦੇ ਵਿੱਚ ਤਾਂ ਉਹ ਕਰਦਾ ਨਹੀਂ ਮਾਰਦਾ ਜ਼ੋਰ ਬਾਈ, ਆਪਾਂ ਉਹਦੇ ਵਿੱਚ ਤੀਜੇ ਦੇ ਜਦੋਂ ਕਹਿੰਦਾ ਫਿਰ ਬੰਦਾ ਬੰਦ ਹੋਣ ਲੱਗ ਜਾਂਦਾ। ਅਤੇ ਹੁਣ ਪਾਈਏ ਆਪਾਂ ਅਤੇ ਹਾਲ, ਅਤੇ ਬਈ ਟੈਕ ਦੇਖੋ ਯਾਰ ਤੁਸੀਂ, ਅਤੇ ਇਹਦਾ ਲਿੰਕ ਬਾਈ। ਵੈਸੇ ਤਾਂ ਮੇਰੇ ਨਾਲ ਦੇ ਕਹਿੰਦੇ ਯਾਰ ਨਹੀਂ ਬਾਈ ਯਾਰ ਟਰੈਕਟਰ ਸੋਹਣਾ ਬਣਿਆ, ਮੈਂ ਕਿਹਾ ਯਾਰ ਨਹੀਂ, ਜਿਹੜੀ ਚੀਜ਼ ਕਹਿਤੀ ਉਹ ਕਹਿਤੀ, ਆਪਾਂ ਉਹ ਚੀਜ਼ ਆਪਾਂ ਉਹ ਨਹੀਂ ਕਰ ਸਕਦੇ ਵੀ ਆਪਾਂ ਕਹਿਤਾ ਬਾਈਆਂ ਨੂੰ ਵੀ ਲਿੰਕ ਦੇਣਾ ਤਾਂ ਲਿੰਕ ਦੇਣਾ ਇਹਦਾ, ਉਹ ਫਿਰ ਹੁਣ ਨੋ ਮੈਟਰ ਕਰਦਾ। ਅਤੇ ਇਹਦਾ ਟੋਚਨ ਵੀ ਤੁਹਾਨੂੰ ਪਵਾ ਕੇ ਦਿਖਾਉਂਦੇ ਆਪਾਂ, ਆਹ ਦੇਖੋ ਉਹ ਕਰਜੇ ਕੋਲ ਹੀ ਹਨੇਰਾ ਜਿਹਾ ਯਾਰ, ਇੱਥੇ ਆਹ ਵਧੀਆ ਆ ਗਏ। ਲਓ ਵੀ ਹਲਾਂ ਦੇ ਵਿੱਚ ਤਾਂ ਫਿਰਦਾ ਦੂਜੇ ਹਾਈ 'ਚ। ਬੱਲੇ 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 ਬੱਲੇ, ਕਿਆ ਬਾਤ ਆ। ਚਲ ਆਪਾਂ ਗੱਲਾਂ ਪਤਾ ਕਰਦੇ ਬਾਈ ਦਈਏ ਨੂੰ, ਅਤੇ ਇੱਕ FS-19 ਵਾਲਿਆਂ ਲਈ ਬਾਈ ਨਿਸ਼ੂ ਦਾ ਦੇਸ਼ ਵਾਲਾ ਟਰੈਕਟਰ ਸਵਰਾਜ, ਅਤੇ ਬਾਈ ਵਾਲਿਆਂ ਲਈ ਉਹਦਾ 20K 'ਤੇ ਮਿਲ ਜਾਣਗੇ ਨਾ। ਅਤੇ ਇਸ ਤੋਂ ਪਹਿਲਾਂ ਇੱਕ ਟਰੈਕਟਰ ਦਾ ਹੋਰ ਲਿੰਕ, ਟਰੈਕਟਰ ਮਤਲਬ ਰੈਡੀ ਆ, ਅਤੇ ਕਦੇ ਦਿਨ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਦਿਆਂਗੇ, ਠੀਕ ਹੈ। ਅਤੇ ਫਿਰ ਉਹਦਾ ਵੀ ਆਪਾਂ ਕਰਦੇ ਹਾਂ ਕੰਮ, ਕੋਈ ਚੱਕਰ ਵਾਲੀ ਗੱਲ। ਅਤੇ ਹੋਰ ਟਰੈਕਟਰਾਂ ਦੀਆਂ ਵੀਡੀਓ ਹੁਣ ਦੇਖੋ, ਤੁਹਾਨੂੰ ਮੈਂ ਨਵੇਂ ਨਵੇਂ ਟਰੈਕਟਰਾਂ ਦੀਆਂ ਘੈਂਟ ਘੈਂਟ ਵੀਡੀਓ ਆਉਣਗੀਆਂ। ਅਤੇ ਵੀਡੀਓ ਤਾਂ ਚਾਰ ਹੀ ਆਇਆ ਕਰਨੀ ਆ, ਅਤੇ ਹੋ ਸਕਦਾ ਜੇ ਪੰਜਵੀਂ ਵੀਡੀਓ ਆਊਗੀ ਵੀ ਕਿਸੇ ਦਿਨ ਤਾਂ ਉਹ ਹੋਊਗੀ ETS ਜਾਂ ATS ਦੀ, ਮਤਲਬ ਟਰੱਕ ਸਿਮੂਲੇਟਰ ਦੀ, ਠੀਕ ਹੈ। ਕਿਉਂਕਿ ਇਹਦੇ ਵਿੱਚ ਆਪਾਂ ਫਿਰ
ਉਹ ਨਹੀਂ ਕਰ ਸਕਦੇ। ਫਾਰਮਿੰਗ ਆਪਣੀ ਮੇਨ ਚੀਜ਼ ਆ, ਠੀਕ ਆ। ਜਾਂ ਇੱਕ ਅੱਧੀ ਜਿੱਦਾਂ ਲਿੰਕ ਆਇਆ ਕਰੂੰ ਤਾਂ FS19 ਦੀ ਵੀਡੀਓ ਆਇਆ ਕਰੂੰ, ਤਾਂ FS19 'ਚ ਤੁਸੀਂ ਮੈਨੂੰ ਦੱਸ ਸਕਦੇ ਵੀ ਆਪਾਂ ਕੀ ਕੀ ਚੀਜ਼ਾਂ ਕਰੀਏ, ਹੈ ਨਾ। ਫਿਰ ਮੈਂ ਉਹ ਤੁਹਾਡੀ ਰਾਏ ਦੇ ਨਾਲ ਕਰ ਲੂੰਗਾ। ਅਤੇ ਹੋਰ ਤਾਂ ਹੈ ਨਹੀਂ ਐਡਾ ਕੁਛ। ਤੀਜੇ ਹਾਈ 'ਚ ਖਿੱਚਦਾ ਗੱਲ ਕਰ ਵੀ ਨਹੀਂ ਦਾਵਦਾ, ਚਲੋ ਕੋਈ ਨਹੀਂ ਦੂਜੇ ਹੀ ਸਹੀ। ਅਤੇ ਤਿੰਨ ਤਿੰਨ ਵੀਡੀਓ ਤਾਂ FS22 ਦੀਆਂ ਪੱਕੀ ਨਹੀਂ ਆਇਆ ਕਰਨੀਆਂ। ਸੀਰੀਜ਼ ਜਿਹੜੇ ਬਾਈਕ ਕਈ ਪੁੱਛਦੇ ਸੀ, ਕਹਿੰਦੇ ਬਾਈ ਯਾਰ ਸੀਰੀਜ਼ ਖਤਮ ਨਹੀਂ ਹੁੰਦੀ ਆਲੂ ਵਾਲੀ, ਬਾਈ ਆਲੂ ਵਾਲੀ ਸੀਰੀਜ਼ ਖਤਮ ਕਿੱਦਾਂ ਕਰ ਦੇਗੀ ਮੈਨੂੰ ਦੱਸੋ। ਠੀਕ ਹੈ, ਹੁਣ ਆਲੂ ਪੱਟੇ, ਹੁਣ ਫਿਰ ਆਪਾਂ ਕਣਕ ਬੀਜਣ ਲੱਗੇ ਹਾਂ। ਕੁਛ ਬਾਈ ਕਹਿੰਦੇ ਕਣਕ ਬੀਜੋ, ਕੁਝ ਕਹਿੰਦੇ ਮੱਕੀ ਬੀਜੋ, ਅਤੇ ਕੁਛ ਕਹਿੰਦੇ ਗੰਨਾ, ਹੈ ਨਾ। ਤਾਂ ਹੁਣ ਆਪਾਂ ਇਹ ਤਿੰਨੇ ਫਸਲਾਂ ਲਾਵਾਂਗੇ, ਠੀਕ ਹੈ। ਹੁਣ ਫੋੜ ਆਪਣਾ ਰੈਡੀ ਹੋਊਗਾ, ਜਦੋਂ ਫੋੜ ਤਿਆਰ ਕਰਤਾ, ਇੰਜਣ ਰੱਖਿਆ, ਤਾਂ ਫੋੜ ਲੈ ਕੇ ਆਵਾਂਗੇ, ਤਾਂ ਆਪਾਂ ਉਹਦੇ ਨਾਲ ਬੀਜਾਂਗੇ ਕਣਕ ਜਾਂ ਗੰਨੇ ਗੁੰਨੇ ਦਾ ਦੇਖਦੇ ਹਾਂ ਕੰਮ ਕਰਾਂਗੇ, ਹੈ ਨਾ। ਅਤੇ ਬਾਇਲਰਸ ਤਾਂ ਬਈ ਉਹ ਤਾਂ ਕੁੱਤੇ ਦੀ ਚੀਜ਼ ਹੀ ਆ ਬਸ, ਉਹ ਤਾਂ ਜਦੋਂ ਉੱਡੂ ਆ ਨਾ, ਤੁਸੀਂ ਦੇਖ ਹੀ ਚੱਲਿਓ। ਉਹਦੇ ਨੈਕਸਟ ਵੀਡੀਓ ਆਉਣਗੀਆਂ ਹੁਣ ਦੋ, ਉਹਨਾਂ ਦੇ ਵਿੱਚ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਈ ਜਾਊਗੀ। ਅਤੇ ਟਰੈਕਟਰ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਡਿਫਰੈਂਟ ਦਿਖਾਵਾਂਗੇ ਨਵਾਂ, ਠੀਕ ਹੈ। ਕਿਉਂਕਿ ਮੇਰੇ ਕੋਲ ਟਰੈਕਟਰ ਇੰਨਾ ਕੁ ਪਿਆ ਯਾਰ, ਮੈਨੂੰ ਆਪ ਨੂੰ ਨਹੀਂ ਟਾਈਮ ਲੱਗ ਰਿਹਾ ਤੁਹਾਨੂੰ ਉਹ ਕਰਨ ਦਾ। ਹੁਣ ਮੈਂ ਇੱਕ ਪਿੱਛੇ ਲਾਈਵ ਕੀਤੀ ਸੀਗੀ, ਤਾਂ ਉਹਦੇ ਵਿੱਚ ਵੀ ਬੜਾ, ਹੁਣ ਆਪਾਂ ਮੇਰੇ ਕੋਲ ਅਨਫਿਨਿਸ਼ ਟਰੈਕਟਰ ਬਹੁਤ ਪਏ ਆ, ਤਾਂ ਮੋੜ ਵੀ ਇਕੱਠੇ ਕਰਨੇ ਆ, ਕਿਉਂਕਿ ਅਲੱਗ ਅਲੱਗ ਥਾਵਾਂ 'ਤੇ ਪਿਆ, ਕੋਈ ਕਿਤੇ ਰੱਖਿਆ ਪਿਆ, ਕੋਈ ਕਿਤੇ, ਮੈਨੂੰ ਵੀ ਨਹੀਂ ਪਤਾ ਵੀ ਉਹ ਮੋੜ ਸਾਡਾ ਡਿਲੀਟ ਨਾ ਹੋ ਜਾਵੇ। ਹੁਣ ਸਾਰੇ ਇਕੱਠੇ ਦੀ ਇਕੱਠੇ ਕਰਕੇ ਇੱਕ ਜਗ੍ਹਾ ਰੱਖਣੇ ਆਪਾਂ, ਰੱਖ ਕੇ ਉਹਨਾਂ ਨੂੰ ਤਿਆਰ ਕਰ ਕਰਕੇ ਜਿਹੜੇ ਲਿੰਕ ਤੁਹਾਨੂੰ ਦੇਣ ਵਾਲੇ ਹੋਏ ਉਹ ਤੁਹਾਨੂੰ ਆਪਾਂ ਲਿੰਕ ਦੇ ਦਿਆਂਗੇ ਬਾਈ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ। ਅਤੇ ਬਸ ਇੱਦਾਂ ਹੀ ਤੁਸੀਂ ਆਪਦਾ ਪਿਆਰ ਸਾਡੇ ਨਾਲ ਬਣਾਈ ਰੱਖੋ, ਅਤੇ ਜਲਦੀ ਜਲਦੀ ਸਬਸਕ੍ਰਾਈਬ ਕਰੋ ਚੈਨਲ ਨੂੰ, ਕਿਉਂਕਿ ਫਿਰ ਹੀ ਤੁਹਾਨੂੰ ਫ੍ਰੀ ਚੀਜ਼ਾਂ ਮਿਲਣੀਆਂ। ਅਤੇ ਜਿਹਨੇ ਬਾਈ ਕਹਿੰਦੇ ਵੀ ਆਈ ਬਟਨ ਵਾਲੀ ਗੱਲ ਵੀ ਤੁਹਾਨੂੰ ਮੈਂ ਦੱਸ ਦਿੰਦਾ, ਬਾਈ ਆਈ ਬਟਨ ਦਾ ਕੀ ਚੱਕਰ ਹੁੰਦਾ, ਉਹ ਮੈਂ ਇੱਕ ਸਪੈਸ਼ਲ ਵੀਡੀਓ ਬਣਾਊਂਗਾ ਕਿਸੇ ਦਿਨ, ਜਿਸ ਦਿਨ ਟਾਈਮ ਜਿਹਾ ਨਿਕਲਿਆ। ਵੀਡੀਓ ਸਾਰੀ ਦੇਖੋ, ਆਈ ਬਟਨ ਆਊਗਾ ਜਿੱਥੇ ਆਪਣਾ ਵੈਬ ਕੈਮ ਆ, ਠੀਕ ਆ। ਉੱਥੇ ਨਾ ਉਹਦਾ ਨੰਬਰਿੰਗ ਲਿਖੀ ਹੋਊ ਕੋਈ, ਉਹ ਪਾਸਵਰਡ ਹੁੰਦਾ, ਉਹਨੂੰ ਕਲਿੱਕ ਕਰੋਗੇ ਤਾਂ ਉਹ ਲਿੰਕ ਖੋਲ ਦੂਗਾ। ਪਾਸਵਰਡ ਨੂੰ ਨੋਟ ਕਰ ਲਓ, ਕਲਿੱਕ ਕਰਕੇ ਲਿੰਕ ਖੋਲ ਲਓ, ਉੱਥੇ ਪਾਸਵਰਡ ਭਰੋ ਅਤੇ ਤੁਹਾਡਾ ਕੰਮ ਹੋ ਜੂਗਾ, ਠੀਕ ਆ ਨਾ। ਬਸ ਆਹੀ ਕੁਛ ਹੁੰਦਾ ਹੁੰਦਾ, ਇਹ ਹੁਣ ਤੁਸੀਂ ਕਰਨਾ, ਅਤੇ ਇਹ ਤਾਂ ਇੰਨਾ ਕੁ ਤਾਂ ਤੁਹਾਨੂੰ ਪਤਾ ਹੀ ਆ। ਅਤੇ ਲਓ ਵੀ ਮੁੜਿਓ, ਅਤੇ ਟਰੈਕਟਰ ਦੇ ਟਾਇਰ ਮੂਹਰਲੇ ਸਹੀ ਆ, ਚੌੜੇ ਚੂੜੇ ਕਰਨੇ ਤਾਂ ਮੈਨੂੰ ਦੱਸ ਦਿਓ, ਜਾਂ ਫਿਰ ਆਪਾਂ ਜਦੋਂ ਨੈਕਸਟ ਵੀਡੀਓ ਬਣਾਵਾਂਗੇ ਚੌੜੇ ਕਰ ਦਾਂਗੇ। ਵੈਸੇ ਲਿੰਕ ਤੁਹਾਨੂੰ ਇੱਦਾਂ ਹੀ ਮਿਲਣਾ, ਠੀਕ ਹੈ। ਅਤੇ ਬਾਣ ਜਾ ਨਿਬੇੜ ਕੇ ਨਾ ਆਪਾਂ ਛੇਤੀ ਛੇਤੀ ਫਿਰ ਇੱਕ ਟੋਚਨ ਲਵਾਵਾਂਗੇ, ਟੋਚਨ ਕਹਿੰਦੇ ਮੇਰੇ ਵੀਰੋ, ਟੋਚਨ ਕਰਨਾ ਪੈਣਾ। ਅਤੇ ਜੇ ਬਾਈ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ, ਜਲਦੀ ਜਲਦੀ ਆਪਣੇ 20K ਹੋਣ, ਫਿਰ ਅੱਗੇ ਵੀ ਤੁਸੀਂ ਆਪਦੇ ਪਿਆਰ ਬਣਾਈ ਰੱਖੋ। ਕਿਉਂਕਿ ਨੈਕਸਟ ਵੀਡੀਓ ਦੇ ਵਿੱਚ ਸ਼ਾਇਦ ਇੱਕ ਤਾਂ ਸਾਡੇ ਰਾਏ ਬਣ ਰਹੀ ਆ ਟਰੈਕਟਰ ਵਾਲੀ ਕੰਬਾਈਨ ਦਾ ਤੁਹਾਨੂੰ ਲਿੰਕ ਦੇਣ ਦਾ, ਅਤੇ ਸੋਚਦੇ ਹਾਂ ਜੀ ਉਹਦੇ ਬਾਰੇ। ਅਤੇ ਜੇ ਗੱਲ ਬਣ ਗਈ ਤਾਂ ਫਿਰ ਲਿੰਕ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਕਰ ਦਿਆਂਗੇ ਬਾਈ ਆਪਾਂ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਇੱਕ ਮਿੰਟ ਯਾਰ। ਅਤੇ ਲਵੀ ਆਹ ਮੁੰਡੇ ਆਹ ਗੇੜਾ ਰਹੇਗਾ ਲਾਸਟ ਲਾ ਕੇ, ਫਿਰ ਇੱਕ ਨਿੱਕਾ ਜਿਹਾ ਟੋਚਨ ਪਵਾ ਦਈਏ, ਅਤੇ ਟੋਚਨ ਵੈਸੇ ਜਾਂ ਟਰੈਕਟਰ ਨੂੰ ਖਿੱਚ ਕੇ ਲੈ ਜਾਣਾ,
ਨਾਟ ਗਿਰਨ ਇਹਨੂੰ, ਬਟ ਫਿਰ ਵੀ ਟਰਾਈ ਕਰਾਂਗੇ ਥੋੜ੍ਹੀ ਜਿਹੀ, ਜੇ ਗੱਲ ਜੀ ਬਣਦੀ ਹੋਈ ਤਾਂ ਥੋੜ੍ਹਾ ਮੋਟਾ ਸਵਾਦ ਲੈਣਾ ਤਾਂ ਬਣਦਾ, ਜਾਂ ਨਾਟ ਗਿਰਨ ਨਹੀਂ ਇੱਕ ਸਵਰਾਜ ਟਰੈਕਟਰ ਆਪਣੇ ਕੋਲ ਉਹਦੇ ਨਾਲ ਪਾਉਂਦੇ ਹਾਂ। ਬੱਲੇ 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 ਉਹ ਖੜਾ ਆਪਣੇ ਪਰਲੇ ਪਾਸੇ, ਚੱਲ ਮੈਨੂੰ ਟਰੈਕਟਰ ਹੀ ਬੜਾ ਸੋਹਣਾ ਲੱਗੀ ਜਾਂਦਾ ਬਾਈ ਯਾਰ, ਤੁਹਾਡੇ ਸਾਹਮਣੇ ਆ ਤੁਸੀਂ ਆਪ ਹੀ ਦੇਖ ਸਕਦੇ। ਕਿਆ ਬਾਤ ਆ ਬਾਈ, ਲੋਕ ਮੁੰਡੇ ਬਹਿ ਗਏ ਆਪਣਾ ਬਾਹਣ ਕਰਤਾ ਕੰਮ ਆਪਾਂ ਫਿਨਿਸ਼, ਅਤੇ ਆਹ ਚੱਲ ਆਪਾਂ ਗੇੜਾ ਬਾਅਦ 'ਚ ਉਹਦੇ ਨਾਲ ਲਾ ਲਾਂਗੇ, ਅਤੇ ਟਰੈਕਟਰ ਜਿਹੜਾ ਆਪਾਂ ਕਿਹਾ ਸੀ ਉਹਨੂੰ ਖੜਾ ਉੱਥੇ, ਅਤੇ ਉਹਨੂੰ ਲਿਆਈਏ। ਆ ਗਿਆ ਉਹ, ਚੱਲ ਕੋਈ ਹੁੱਕ ਦਾ ਚੱਕਰ ਨਾ ਪੈ ਜੇ ਯਾਰ, ਆਪਾਂ ਇੱਧਰ ਲੈ ਕੇ ਚੱਲਦੇ ਹਾਂ ਪਹੀ 'ਤੇ। ਚੱਲ ਵੀ ਚੱਲ ਦੇਖਦੇ ਕਹਿੰਦੇ ਕਿਹੜਾ ਜਿੱਦਾ ਫਿਰ, ਵੈਸੇ ਸਵਰਾਜ ਦੀ ਹੁੱਕ ਉੱਚੀ ਹੈ, ਚਾਂਸ ਸਵਰਾਜ ਦੇ ਜ਼ਿਆਦਾ ਨੇ, ਕੋਈ ਚੱਕਰ ਨਹੀਂ ਦੇਖਦੇ ਹਾਂ ਹੁਣ। ਆਹ ਦੇਖੋ ਬਈ ਇੱਦਾਂ ਲੈ ਕੇ ਆਉਣਾ ਟਰੈਕਟਰ, ਤੁਸੀਂ ਇੱਦਾਂ ਖੜਾ ਲੈਣੇ ਕਿਤੇ ਵੀ ਨਾ, ਫਿਰ ਤੁਸੀਂ ਦੱਬਣਾ ਐਚ, ਤਾਂ ਤੁਹਾਨੂੰ ਇੱਦਾਂ ਦਾ ਖੁੱਲ ਜੂ, ਅਤੇ ਇੱਥੇ ਜਾਣਾ ਸੈੱਟ ਡੈਸਟੀਨੇਸ਼ਨ ਜਿੱਥੇ ਟਰੈਕਟਰ ਤੁਹਾਡੇ ਆਹ ਖੜੇ ਹਨ, ਤਾਂ ਉਹਦੇ ਅੱਗੇ ਜਾ ਕੇ ਆਹ ਤੀਰ ਨੂੰ ਸਾਹਮਣੇ 'ਚ ਕਰਕੇ ਲਾ ਦਿਉ, ਠੀਕ ਹੈ। ਉਹ ਕਿਦਾਂ ਰੀਚੇਬਲ ਕਰਤਾ ਉਹਨੇ, ਕੋਈ ਨੇੜੇ ਲਾ ਦਿੰਦੇ ਯਾਰ, ਐਡੀ ਕਿੱਡੀ ਗੱਲ ਹੈ, ਉਹ ਹੱਦ ਹੋ ਗਈ ਸਵਰਾਜ ਵਾਲਿਆ, ਇਹ ਧੱਕਾ ਕਰੀ ਜਾਂਦਾ, ਫਿਰ ਇੱਥੇ ਲੈ ਲੈਂਦੇ ਨਾ ਬਾਹਣ 'ਚ। ਹੁਣ ਤਾਂ ਬਾਹ ਹੈ, ਅਤੇ ਲੈ ਵੀ ਦੁਬਾਰਾ ਲਾ ਕੇ ਦੇਖਦੇ ਹਾਂ, ਅਤੇ ਇੱਥੇ ਜੇ ਲਾ ਲੈਣਾ, ਠੀਕ ਹੈ। ਆਹ ਲਓ ਬਈ ਇਹ ਦੇਖੋ ਲੱਗ ਗਿਆ, ਠੀਕ ਹੈ ਉਹ ਬਹਿ ਗਿਆ ਆਪਣਾ, ਬੰਦ ਹੋ ਗਿਆ ਟਰੈਕਟਰ, ਬਟ ਬੰਦ ਨਹੀਂ ਹੋਣ ਦੇਣਾ, ਅਤੇ ਦੇਖਦੇ ਹੋ ਲੋ ਵੀ ਕਹਿੰਦੇ ਪਿੱਚ ਅੜ ਗਿਆ ਮੁੱਧਰੋਂ, ਕਿਆ ਬਾਤ ਹੈ ਕਿਆ ਬਾਤ ਹੈ, ਖਿੱਚਦਾ 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 ਕਹਿੰਦੇ ਹੋਲੈਂਡ ਬਾਈ, ਅਤੇ ਹੁਣ ਆਪਾਂ ਦੋਵਾਂ ਨੂੰ ਛੱਡਣਾ ਹੋਵੇ ਤਾਂ ਫਿਰ ਐਚ ਦੱਬੋ, ਠੀਕ ਹੈ। ਅਤੇ ਇੱਥੋਂ ਸੈੱਟ ਡੈਸਟੀਨੇਸ਼ਨ ਲਓ ਜੀ, ਆਪਾਂ ਜਾਂਦੇ ਇੱਥੋਂ ਉੱਤਰ, ਅਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿੰਦਾ, ਇਹਨੂੰ ਲੈ ਕੇ ਆਉਂਦੇ ਹਾਂ, ਇੱਥੇ ਬਹਿ ਜਾਓ ਇੱਥੋਂ, ਲਓ ਵੀ ਮਿੱਤਰੋ ਚੈੱਕ ਕਰੋ ਫਿਰ ਹੁਣ, ਠੀਕ ਹੈ ਲਾਉਂਦੇ ਜ਼ੋਰ ਫਿਰ ਦੋਨੇ ਟਰੈਕਟਰ, ਘੈਂਟ ਗੱਲ ਬਾਤ ਨਾ,
ਔਰ ਉਹ ਚੈੱਕ ਫਿਰ ਮੁੰਡੇ ਕਹਿੰਦੇ ਸਿਰਾ ਹੋਇਆ ਪਿਆ, ਇੱਕ ਪਾਸੇ ਸਵਰਾਜ ਨੂੰ ਨਿਊਟਰਲ ਕਰ ਲਏ, ਇੱਕ ਪਾਸੇ ਸਵਰਾਜ ਦਾ ਦੂਜੇ ਪਾਸੇ 36-30, ਅਤੇ 36-30 ਵਾਲਾ ਬਾਈ ਖਿੱਚੀ ਤੁਰਿਆ ਜਾਂਦਾ। ਅਤੇ ਵੈਸੇ ਸਵਰਾਜ ਵੀ ਨਹੀਂ ਮਾੜਾ ਯਾਰ, ਐਵੇਂ ਤੁਸੀਂ ਉਹ ਨਾ ਕਹੋ, ਕਦੇ ਕਹੋ ਵੀ ਬਾਈ ਜਾਣ ਕਿਉਂ ਕਰਦਾ। ਅਤੇ ਮਿਲਦੇ ਹਾਂ ਬਾਈ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਅਤੇ ਜਿਉਂਦੇ ਵੱਸਦੇ ਰਹੋ, ਠੀਕ ਹੈ। ਅਤੇ ਇੱਦਾਂ ਹੀ ਸਾਡੇ ਨਾਲ ਤੁਸੀਂ ਆਪਣਾ ਪਿਆਰ ਬਣਾਈ ਰੱਖੋ, ਕਿ ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਅਤੇ ਇੱਦਾਂ ਹੀ ਸਾਰਾ ਪਿਆਰ ਸਾਡੇ ਨਾਲ ਤੁਸੀਂ ਆਪਦਾ ਬਣਾਈ ਰੱਖੋ, ਅਤੇ ਵੀਡੀਓ ਨੂੰ ਕਰੋ ਲਾਈਕ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਅਤੇ ਨਵੇਂ ਨਵੇਂ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲਣੇ ਆ, ਅਤੇ ਲਿੰਕ ਤਾਂ ਤੁਹਾਨੂੰ ਪਤਾ ਹੀ ਆ, ਫ੍ਰੀ ਆ ਹੀ ਜਾਂਦੇ ਆਪਣੇ ਚੈਨਲ 'ਤੇ, ਅਤੇ ਉਹ ਵੀ ਘੈਂਟ ਵਾਲੇ ਆਉਂਦੇ, ਕੋਈ ਇੱਦਾਂ ਫੁੱਦੂ ਪੜਾ ਕੰਮ ਨਹੀਂ ਹੈਗਾ, ਠੀਕ ਹੈ। ਜਿਹੜੀ ਚੀਜ਼ ਬਣੀ ਹੋਊ ਫ੍ਰੀ ਵਾਲੀ ਚੀਜ਼ ਵੀ ਐਂ ਮੂੰਹੋਂ ਬੋਲਦੀ ਹੋਊ ਵੀ ਹਾਂ ਬਾਈ ਯਾਰ ਚੀਜ਼ ਹੈ, ਆਪਾਂ ਉਹ ਕੰਮ ਨਹੀਂ ਹੈਗਾ ਵੀ ਯਾਰ ਲੋਕਾਂ ਨੂੰ ਫ੍ਰੀ ਦੇਣਾ, ਭੈਣ ਚੋਂ ਬਣਾ ਦੇ ਜੋ ਬਣਾਉਣਾ, ਠੀਕ ਹੈ ਨਾ। ਅਤੇ ਚਲੋ ਬਾਏ ਬਾਏ, ਟੇਕ ਕੇਅਰ, ਜਿਉਂਦੇ ਬਾਅਦ ਰਹੋ, ਅਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ। ਕਮੈਂਟ ਕਰ ਦਿਓ ਨੈਕਸਟ ਵੀਡੀਓ ਦੇ ਵਿੱਚ ਕੀ ਕੁਝ ਚਾਹੀਦਾ, ਠੀਕ ਹੈ, ਬਾਏ।